ਭ੍ਰਸ਼ਟਾਚਾਰ ਦੇ ਖਿਲਾਫ ਲੜਨ ਵਾਲੀ ਭਗਵੰਤ ਮਾਨ ਸਰਕਾਰ ਤੇ ਹੁਣ ਤਿੱਖੇ ਹਮਲੇ ਸ਼ੁਰੂ ਹੋ ਗਏ ਨੇ ਤੇ ਇੱਕ बसपा ਨੇ ਵੱਡਾ ਹਮਲਾ ਕੀਤਾ ਇਸ ਹਮਲੇ ਨੂੰ ਲੈ ਕੇ ਮੈਂ ਜਸਵਿੰਦਰਪਾਲ ਚੈਨਲ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਕਰਦਾ ਤੇ ਇਸ ਸਮੇਂ ਦੀ ਚਰਚਾ ਵਾਲੀ ਖਬਰ ਇਹ ਹੈ ਕਿ ਪੰਜਾਬ बसपा ਨੇ ਆਮ ਆਦਮੀ ਪਾਰਟੀ ਸਰਕਾਰ ਤੇ ਵੱਡਾ ਹਮਲਾ ਕੀਤਾ ਹੈ ਭਗਵੰਤ ਮਾਨ ਸਰਕਾਰ ਤੇ ਵੱਡਾ ਹਮਲਾ ਕੀਤਾ ਇਸ ਤੋਂ ਪਹਿਲਾਂ बसपा ਦੇ ਪੰਜਾਬ ਪ੍ਰਧਾਨ ਜਸਪੀਰ ਸਿੰਘ ਗੜੀ ਨੇ आम आदमी पार्टी ते ਹਮਲਾ ਕਰਨ ਤੋਂ ਪਹਿਲਾਂ ਭਗਵੰਤ ਮਾਨ ਨੂੰ ਉਹਨਾਂ ਦੇ ਵਿਆਹ ਤੇ ਮੁਬਾਰਕਬਾਦ ਦਿੱਤੀ ਹੈ ਨਾਲ ਨਾਲ ਉਹਨਾਂ ਨੇ ਮੁਬਾਰਕਬਾਦ ਤੇ ਨਿਸ਼ਾਨੇ ਤੇ ਇੱਕ ਸਿਆਸਤ ਖੇਡੀ ਹੈ ਸਿਆਸੀ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਇਹ ਸਾਰਾ ਵਿਆਹ ਇਸ ਲਈ ਰਚਿਆ ਗਿਆ ਕਿਉਂਕਿ ਇਸ ਪਿੱਛੇ ਇੱਕ ਪਰਪੰਚ ਰਚਿਆ ਗਿਆ ਹੈ ਜਾਨੀ ਕਿ ਸਿਆਸੀ ਦਾ ਖੇਡਿਆ ਗਿਆ ਤਾਂ ਕਿ ਲੋਕਾਂ ਨੂੰ ਜਾਨੀ ਕਿ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾ ਸਕੇ ਤੇ ਹੈਰਾਨ ਵਾਲੀ ਖਬਰ ਇਹ ਹੈ ਕਿ ਜਸਵੀਰ ਗੜੀ ਦੇ ਇਸ ਅੰਦਾਜ਼ ਵਿੱਚ ਜਿੱਥੇ ਗਰਮੀ ਸੀ ਉਥੇ ਕੁਝ ਨਾ ਕੁਝ ਉਹ ਆਪਣੀ ਸੱਚਾਈ ਨੂੰ ਪ੍ਰਗਟ ਕਰਦੇ ਹੋਏ ਮਸਾਲਾ ਵੀ ਦਿੰਦੇ ਨਜ਼ਰ ਆਏ ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਕੇਹਦੇ ਆ ਕਿ ਸ਼ਾਦੀ ਦੇ ਬਹਾਨੇ ਇੱਕ ਲਕੋ ਕੀਤਾ ਗਿਆ ਆਮ ਲੋਕਾਂ ਤੋਂ ਲਕੋ ਕੀਤਾ ਗਿਆ ਅਤੇ ਮੀਡੀਆ ਦੇ ਸਾਹਮਣੇ ਵੀ ਉਸ ਨੂੰ ਲਕੋ ਚ ਜਾਰੀ ਰੱਖਿਆ ਗਿਆ ਕਿ ਮੀਡੀਆ ਨੇ ਵੀ ਜਿਵੇਂ প্রচার ਕੀਤਾ ভগবন্তমান ਦੇ ਵਿਆਹ ਦਾ ਉਹਦੇ ਵਿੱਚ ਕਈ ਘਟਨਾਵਾਂ ਦੀ ਸਚਾਈ ਲੁਕ ਕੇ ਰਹਿ ਗਈ ਜਿਹਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਸਭ ਤੋਂ ਵੱਡੀ ਸਚਾਈ ਜੋ ਕਿ ਜਸਵੀਰ ਸਿੰਘ ਗੜੀ ਕਹਿੰਦੇ ਨੇ ਇਹ ਦਾਵਾ ਵੀ ਕਰਦੇ ਨੇ ਕਿ ਇਹ ਸਚਾਈ ਹੈ ਕਿ ਜਿਹੜੇ ਪ੍ਰਿੰਸੀਪਲ ਸਕੱਤਰ ਬੁਣਾਏ ਗਏ ਨੇ ਜਿਨਿਕੇ ਪੰਜਾਬ ਚੀਫ ਸੈਕਟਰੀ ਬਣਾਏ ਗਏ ਨੇ ਉਹ ਜਿਹੜੇ ਕਿ ਜੰਜੂਆ ਨੇ ਵੀ ਕੇ ਜੰਜੂਆ ਉਣਾ ਤੇ ਸਵਾਲ ਖੜਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਉਹ ਕਰਪਟ ਨੇ ਜੰਜੂਆ ਤੇ ਪਹਿਲਾਂ ਵੀ ਕੇਸ ਹੋਇਆ ਹੈ ਉਹ ਵੀ ਭ੍ਰਿਸ਼ਟਾਚਾਰ ਦੇ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਵਿਜੀਲੈਂਸ ਵੱਲੋਂ ਜਸਵੀਰ ਸਿੰਘ ਘੜੀ ਦੇ ਅਨੁਸਾਰ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜੰਜੂਆ ਨੂੰ ਜਿਹੜਾ ਜਿਹੜੇ ਆਈਐਸ ਅਧਿਕਾਰੀ ਨੇ ਜੋ ਕਿ ਹੁਣ ਪ੍ਰਿੰਸੀਪਲ ਸਕੱਤਰ ਨੇ ਉਹਨਾਂ ਨੂੰ 9 ਨਵੰਬਰ 2009 ਵਿੱਚ ਗਰਫਦਾਰ ਕੀਤਾ ਗਿਆ ਸੀ ਰਿਸ਼ਵਤ ਦੇ ਮਾਮਲੇ ਚ ਜੀ ਹਾਂ ਉਹਨਾਂ ਦਾ ਜਸਵੀਰ ਗੜੀ ਦੇ ਕਹੇ ਅਨੁਸਾਰ ਜਿਹੜੀ 9 ਨਵੰਬਰ 2009 ਦੀ ਘਟਨਾ ਸੀ ਉਹ ਬਿਜੀਲੈਂਸ ਵੱਲੋਂ 2 ਲੱਖ ਰੁਪਏ ਰੰਗੇ ਹੱਥੀ ਫੜਿਆ ਗਿਆ ਸੀ ਆਈਐਸ ਜੰਝੂਆ ਨੂੰ ਜਿਸ ਕਰਕੇ ਉਹਨਾਂ ਤੇ ਸਵਾਲ ਸ਼ੁਰੂ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਨੂੰ ਪ੍ਰਿੰਸੀਪਲ ਬਣਾ ਕੇ ਤਾਂ ਇਹ ਚੀਜ਼ ਇਹ ਖਬਰ ਦੱਬੀ ਗਈ ਹੈ ਕਿਉਂਕਿ ਵਿਆਦਾ ਪਰਚੰਡ ਜੋ ਰਚਿਆ ਗਿਆ ਸੀ ਤੇ ਜਸਵੀਰ ਗੜੀ ਦੇ ਅਨੁਸਾਰ 11 ਨਵੰਬਰ 2009 ਨੂੰ ਆਈਐਸ ਜੰਜੂਆ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ ਤੇ ਪ੍ਰਿਸ਼ਟਲਿਤ ਇਸ ਆਈਐਸ ਅਫਸਰ ਦੀ ਹੁਣ ਪੰਜਾਬ ਸਖਤਰ ਚੀਫ ਸੈਕਟਰੀ ਦੇ ਵਜੋਂ ਨਿਯੁਕਤੀ ਕਰਨੀ ਉਹ ਵੀ ਇੱਕ ਭ੍ਰਿਸ਼ਟਾਚਾਰ ਤੰਤਰ ਨੂੰ ਬढ़ावा ਦੇਣ ਦੀ ਗੱਲ ਕੀਤੀ ਜਸਵੀਰ ਗੜੀ ਨੇ ਸਿੱਧਾ ਹਮਲਾ ਕਰ ਦੇ ਕਿਆ ਕਿ ਇਸ ਘਟਨਾ ਨੂੰ ਲਕਾਉਣ ਲਈ ਬਿਆਹ ਵਾਲਾ ਪ੍ਰਚੰਡ ਸਿਆਸੀ ਰੂਪ ਵਿੱਚ ਖੇਡਿਆ ਗਿਆ ਜਿਸ ਦਾ ਮੀਡੀਆ ਨੇ ਖੂਬ ਪ੍ਰਚਾਰ ਕੀਤਾ ਪਰੰਤੂ ਅਸਲੀ ਗੱਲ ਦੱਬੀ ਗਈ ਜੋ ਕਿ ਇੱਕ ਬਹੁਤ ਵੱਡੀ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਕਰਾਰ ਦਿੱਤਾ ਜਸਵੀਰ ਸਿੰਘ ਗੜੀ ਨੇ ਇਸ ਬਿਆਨ ਨੇ ਕਾਮੇ ਤਰਥਲੀ ਮਚਾ ਦਿੱਤੀ ਹੈ ਪਰੰਤੂ ਹੁਣ ਸਿਆਸੀ ਸਰਗਰਮੀਆਂ ਵਿੱਚ ਕੀ ਆਉਂਦਾ ਹੈ ਇਹ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ ਤਦ ਤੱਕ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬ ਦਾ ਧੰਨਵਾਦ